ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਬ੍ਰੇਵ ਵਾਈਬ ਅਤੇ ਮੈਂ ਹਾਂ ਤੁਹਾਡਾ ਆਪਣਾ ਜੱਸਾ ਸਿੰਘ। ਕੰਕਰੀਟ ਦੇ ਜੰਗਲਾਂ ਵਿੱਚ ਤਬਦੀਲ ਹੋ ਚੁੱਕਿਆ ਸ਼ਹਿਰ ਲੁਧਿਆਣਾ। ਜਿੱਥੇ ਤੁਸੀਂ ਜਿਹੜੇ ਪਾਸੇ ਵੀ ਨਜ਼ਰ ਮਾਰੋਗੇ ਤੁਹਾਨੂੰ ਚਿਮਣੀਆਂ, ਧੂੰਆਂ, ਪ੍ਰਦੂਸ਼ਣ ਦਿਖੇਗਾ। ਬੁੱਢਾ ਦਰਿਆ ਅੱਜ ਕੱਲ੍ਹ ਬੁੱਢੇ ਨਾਲੇ ਦੇ ਨਾਮ ਤੋਂ ਮਸ਼ਹੂਰ ਹੋ ਚੁੱਕਿਆ ਹੈ। ਉਹ ਸ਼ਹਿਰ ਜਿੱਥੇ ਕਿ ਸਾਹ ਲੈਣਾ ਵੀ ਮੁਸ਼ਕਿਲ ਹੈ, ਪਰ ਉਸ ਸ਼ਹਿਰ ਨੂੰ ਕੋਈ ਨਾ ਕੋਈ ਬਚਾ ਰਿਹਾ ਹੈ। ਕੋਈ ਨਾ ਕੋਈ ਐਸੀ ਜਗ੍ਹਾ, ਕੋਈ ਨਾ ਕੋਈ ਐਸਾ ਪੁਆਇੰਟ ਇਸ ਸ਼ਹਿਰ ਵਿੱਚ ਹੈ ਜੋ ਸ਼ਹਿਰ ਨੂੰ ਚੰਗੀ ਤਾਜ਼ੀ ਹਵਾ ਦੇ ਰਿਹਾ ਹੈ। ਹਾਂ ਦੋਸਤੋ, ਅਸੀਂ ਇਸ ਵੇਲੇ ਖੜ੍ਹੇ ਹਾਂ ਉਸੇ ਹੀ ਜਗ੍ਹਾ ਦੇ ਉੱਪਰ ਜਿਹਨੂੰ ਕਿ ਲੁਧਿਆਣਾ ਸ਼ਹਿਰ ਦੇ ਫੇਫੜੇ ਵੀ ਕਿਹਾ ਜਾਂਦਾ ਹੈ। ਉਹ ਨੇ ਲੁਧਿਆਣਾ ਸ਼ਹਿਰ ਦੇ ਨਾਲ ਵਸਦਾ ਮੱਤੇਵਾੜਾ ਜੰਗਲ ਦਾ ਏਰੀਆ। ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਮੇਰੇ ਪਿੱਛੇ ਜੋ ਇਹ ਜੰਗਲ ਦਾ ਨਜ਼ਾਰਾ ਹੈ ਉਹ ਦਿਖਾਇਆ ਜਾਵੇ। ਦੇਖੋ ਕਿੰਨਾ ਸ਼ਾਂਤ ਵਾਤਾਵਰਣ ਹੈ ਇੱਥੋਂ ਦਾ, ਕਿੰਨਾ ਵਧੀਆ ਮਾਹੌਲ ਹੈ। ਔਰ ਇਹੀ ਜਿਹੜਾ ਇੱਕ ਜੰਗਲ ਹੈ ਜਿਹੜਾ ਕਿ ਲੁਧਿਆਣੇ ਸ਼ਹਿਰ ਨੂੰ ਬਚਾ ਰਿਹਾ। ਦੋਸਤੋ, ਜਦੋਂ ਅਸੀਂ ਇੱਥੇ ਆਏ ਇਸ ਜੰਗਲ ਨੂੰ ਕਵਰ ਕਰਨ ਵਾਸਤੇ, ਤਾਂ ਇੱਥੇ ਆ ਕੇ ਅਸੀਂ ਜਗ੍ਹਾ ਦੇਖੀ ਹੈ, ਬੋਟੈਨੀਕਲ ਗਾਰਡਨ। ਇਹ ਉਹ ਬੋਟੈਨੀਕਲ ਗਾਰਡਨ ਹੈ ਜਿਹੜਾ ਕਿ ਅਕਾਲੀ ਦਲ ਦੇ ਦੌਰਾਨ, ਜਿਹਦਾ ਇੱਥੇ ਨੀਂਹ ਪੱਥਰ ਰੱਖਿਆ ਗਿਆ ਸੀਗਾ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਅਤੇ ਸਰਦਾਰ ਸ਼ਾਇਦ ਸ਼ਰਨਜੀਤ ਸਿੰਘ ਢਿੱਲੋਂ ਜੀ ਵੱਲੋਂ, ਕਿਉਂਕਿ ਨੀਂਹ ਪੱਥਰ ਮਿਟ ਚੁੱਕਿਆ, ਤੁਹਾਨੂੰ ਉਹ ਵੀ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ। ਇੱਥੇ ਜਿਹੜੇ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਬੂਟੇ ਲਗਾਏ ਗਏ ਨੇ, ਉਹ ਜਿਹੜਾ ਇੱਥੇ ਅਲੱਗ ਅਲੱਗ ਤਰ੍ਹਾਂ ਦੇ ਬੂਟੇ ਲਗਾਏ ਗਏ ਨੇ, ਬੜੇ ਵਧੀਆ ਇੱਕ ਚੀਜ਼ ਬਣਾਈ ਗਈ। ਅੰਦਰ ਝੀਲ ਵੀ ਬਣਾਈ ਗਈ, ਹਾਲਾਂਕਿ ਉਹਦੇ ਵਿੱਚ ਉਹਦੇ ਬੱਤਖਾਂ ਵੀ ਸੀਗੀਆਂ ਪਹਿਲੇ, ਜੋ ਹੁਣ ਦੇਖਣ ਨੂੰ ਨਹੀਂ ਮਿਲਦੀਆਂ। ਝੀਲ ਦਾ ਪਾਣੀ ਵੀ ਥੋੜ੍ਹਾ ਜਿਹਾ ਗੰਦਾ ਹੋ ਚੁੱਕਿਆ, ਜਿੱਥੇ ਕਿ ਕੋਈ ਸਾਫ਼ ਸਫਾਈ ਦੀ ਕੋਈ ਇਸ ਟਾਈਮ ਹੈਗੀ ਹੈ, ਕਮੀ ਰਹਿ ਗਈ ਹੈ। ਉੱਥੇ ਜਿਹੜੇ ਬੂਟੇ ਲਗਾਏ ਗਏ ਨੇ, ਉੱਥੇ ਹਰ ਇੱਕ ਬੂਟੇ ਦੇ ਨਾਲ ਉਹਦਾ ਸਕੈਨਰ ਕੋਡ ਲਗਾਇਆ ਗਿਆ, ਜਿਸ ਦੇ ਵਿੱਚ ਉਸ ਬੂਟੇ ਦੀ ਪੂਰੀ ਜਾਣਕਾਰੀ ਹੈ, ਉਹ ਬੂਟਾ ਕਿਸ ਚੀਜ਼ ਲਈ, ਕਿਸ ਰੋਗ ਲਈ ਕੰਮ ਆਉਂਦਾ, ਪੂਰੀ ਪੂਰੀ ਜਾਣਕਾਰੀ ਦਿੱਤੀ ਗਈ ਹੈ। ਪਰ ਸਵਾਲ ਫਿਰ ਉਹੀ ਆਉਂਦਾ, ਜਦੋਂ ਸਰਕਾਰਾਂ ਬਦਲਦੀਆਂ ਤਾਂ ਨਵੀਆਂ ਸਰਕਾਰਾਂ ਆਉਂਦੀਆਂ ਨੇ, ਅਤੇ ਉਹਨਾਂ ਦੇ ਰਵੱਈਏ ਦੂਸਰੀਆਂ ਸਰਕਾਰਾਂ ਵੱਲੋਂ ਕੀਤੇ ਹੋਏ ਸ਼ੁਰੂ ਕੰਮਾਂ ਵੱਲੋਂ ਜਿਹੜੇ ਉਹ ਬਦਲ ਜਾਂਦੇ ਨੇ। ਉਦਾਹਰਣ ਦੇ ਤੌਰ 'ਤੇ ਆਪਾਂ ਗੱਲ ਕਰੀਏ, ਰਾਹੋਂ ਰੋਡ 'ਤੇ ਹੀ ਸੁਭਾਸ਼ ਨਗਰ ਦੇ ਵਿੱਚ ਇੱਕ ਹੋਸਪਿਟਲ ਬਣਾਇਆ ਗਿਆ ਸੀ, ਉਹ ਵੀ ਅਕਾਲੀ ਦਲ ਵੱਲੋਂ ਹੀ ਬਣਾਇਆ ਗਿਆ ਸੀਗਾ। ਉਸ ਤੋਂ ਬਾਅਦ ਕਾਂਗਰਸ ਵੀ ਆਈ, ਹੁਣ ਆਮ ਆਦਮੀ ਪਾਰਟੀ ਸਰਕਾਰ ਆਈ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆ ਕੇ ਉੱਥੇ ਨਵੀਆਂ ਮੁਹੱਲਾ ਕਲੀਨਿਕਾਂ 'ਤੇ ਬਣਾਤੀਆਂ, ਪਰ ਉਹ ਜਿਹੜਾ ਹੋਸਪਿਟਲ ਹੈ ਉਹ ਐਜ਼ ਇਟ ਇਜ਼ ਉਸੇ ਤਰ੍ਹਾਂ ਪੜਾ, ਜਿੱਥੇ ਮਸ਼ੀਨਰੀਆਂ ਵੀ ਖਰਾਬ ਹੋ ਰਹੀਆਂ ਨੇ, ਜਿੱਥੇ ਐਂਬੂਲੈਂਸ ਵੀ ਖਰਾਬ ਹੋ ਰਹੀ ਹੈ। ਪਰ ਉਹ ਸਰਕਾਰ ਆਪਣੇ ਹੀ ਆ ਕੇ ਨਵੇਂ ਨੀਂਹ ਪੱਥਰ ਰੱਖ ਦਿੰਦੀ ਹੈ, ਨਵੇਂ ਕੰਮ ਸ਼ੁਰੂ ਕਰ ਦਿੰਦੀ ਹੈ, ਜਦਕਿ ਪੁਰਾਣੀਆਂ ਜੋ ਚੀਜ਼ਾਂ ਨੇ ਉਸੇ ਤਰ੍ਹਾਂ ਬੇਹਾਲ ਹੋ ਜਾਂਦੀਆਂ। ਆਓ ਤੁਹਾਨੂੰ ਅਸੀਂ ਇਸ ਬੋਟੈਨੀਕਲ ਗਾਰਡਨ ਦੇ ਅੰਦਰ ਲੈ ਕੇ ਜਾਵਾਂਗੇ। ਇਹ ਖੋਲ੍ਹਿਆ ਤਾਂ ਲੋਕਾਂ ਵੱਲ ਰਸਤੇ ਗਿਆ ਹੈ, ਪਰ ਮੈਨੂੰ ਨਹੀਂ ਲੱਗਦਾ ਕਿ ਲੁਧਿਆਣਾ ਸ਼ਹਿਰ ਦੇ ਲੋਕਾਂ ਨੂੰ ਇਹਦੇ ਬਾਰੇ ਕੁਝ ਪਤਾ ਹੈ। ਬਹੁਤ ਪਿਆਰੀ ਜਗ੍ਹਾ, ਬਹੁਤ ਸੋਹਣੀ ਜਗ੍ਹਾ, ਬਸ ਰੱਖ ਰਖਾਵ ਤੋਂ ਅਤੇ ਸਰਕਾਰ ਦੀਆਂ ਨਜ਼ਰਾਂ ਤੋਂ ਸ਼ਾਇਦ ਓਹਲੇ ਲੱਗਦੀ ਹੈ, ਜਾਂ ਸਰਕਾਰ ਇਹਨਾਂ ਚੀਜ਼ਾਂ ਵੱਲ ਧਿਆਨ ਹੀ ਨਹੀਂ ਦੇਣਾ ਚਾਹੁੰਦੀ। ਉਹ ਇਹ ਪੁੱਛਾਂਗੇ ਅਸੀਂ ਗੱਲ ਕਰਦੇ ਹਾਂ, ਜਿਹੜੇ ਵੀ ਇੱਥੇ ਦੇ ਜ਼ਿੰਮੇਵਾਰ ਅਫਸਰ ਨੇ ਉਹਨਾਂ ਨੂੰ ਵੀ ਪੁੱਛਾਂਗੇ ਸਵਾਲ। ਆ ਜਾਓ ਅੰਦਰ ਚੱਲਦੇ ਹਾਂ ਔਰ ਤੁਹਾਨੂੰ ਦਿਖਾਉਂਦੇ ਹਾਂ ਇਹ ਬੋਟੈਨੀਕਲ ਗਾਰਡਨ ਮੱਤੇਵਾੜਾ ਜੰਗਲਾਂ ਦਾ। ਇਸ ਸਾਰੇ ਮਸਲੇ 'ਤੇ ਜਦੋਂ ਅਸੀਂ ਮੱਤੇਵਾੜਾ ਵਨ ਰੇਂਜ ਦੇ ਅਫਸਰ ਸਰਦਾਰ ਮੋਹਨ ਸਿੰਘ ਜੀ ਨਾਲ ਗੱਲ ਕਰਨੀ ਚਾਹੀ, ਤਾਂ ਉਹ ਕਿਸੇ ਜ਼ਰੂਰੀ ਮੀਟਿੰਗ ਦੇ ਵਿੱਚ ਬਿਜ਼ੀ ਹੋਣ ਕਰਕੇ ਉਹ ਸਮਾਂ ਨਹੀਂ ਦੇ ਪਾਏ, ਪਰ ਕੁਛ ਆਫ ਦਾ ਰਿਕਾਰਡ ਜੋ ਉਹਨਾਂ ਨਾਲ ਗੱਲਾਂ ਹੋਈਆਂ ਨੇ, ਤਾਂ ਉਸ ਤੋਂ ਵਿਭਾਗ ਦੀ ਵੀ ਕੁਝ ਮਜਬੂਰੀ ਨਜ਼ਰ ਆਉਂਦੀ ਹੈ, ਜਿਵੇਂ ਕਿ ਹੁਣ ਇੱਥੇ ਸੜਕ ਬਣਾਉਣ ਦਾ ਪ੍ਰੋਜੈਕਟ ਵੀ ਚੱਲ ਰਿਹਾ, ਉਸ ਕਰਕੇ ਵੀ ਥੋੜ੍ਹਾ ਜਿਹਾ ਕਮੀਆਂ ਨੇ। ਹਾਲਾਂਕਿ ਉਹਨਾਂ ਨੇ ਦੱਸਿਆ ਕਿ ਇੱਥੇ ਕੁਝ ਸਰਕਾਰ ਦੇ ਨਾਲ ਕੋਈ ਪਲੈਨਿੰਗ ਕੂਮ ਕਲਾਂ ਦੇ ਲਾਗੇ ਵੀ ਜਿਹੜਾ ਉਹ ਚੱਲ ਰਹੀ ਹੈ, ਇਸ ਏਰੀਏ ਨੂੰ ਟੂਰਿਜ਼ਮ
ਪਲੇਸ ਬਣਾਉਣ ਦੀ ਕੋਈ ਸਰਕਾਰ ਦੀ ਜਿਹੜੀ ਤਿਆਰੀ ਹੈਗੀ ਆ ਉਹ ਚੱਲ ਰਹੀ ਹੈ? ਬਾਕੀ ਉਹ ਕਹਿੰਦੇ ਵੀ ਇਸ ਬਾਰੇ ਜਿਹੜਾ ਹੈਗਾ ਸਾਡੇ ਵੱਡੇ ਅਫਸਰ ਹੀ ਉਹ ਬੈਟਰ ਦੱਸ ਸਕਦੇ ਨੇ। ਸੋ ਆਪਾਂ ਕੋਸ਼ਿਸ਼ ਕਰਾਂਗੇ DFO ਸਾਹਿਬ ਨਾਲ ਵੀ ਗੱਲ ਕਰਨ ਦੀ, ਜਿਹਨਾਂ ਨਾਲ ਗੱਲ ਹੁੰਦੀ ਉਹਨਾਂ ਕੋਲ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਵੀ ਆਖਿਰ ਇੰਨੇ ਚਿਰਾਂ ਤੋਂ ਚੱਲ ਰਿਹਾ ਕਿ ਸੜਕ ਤਾਂ ਚਲੋ ਹੁਣ ਬਣਨੀ ਸ਼ੁਰੂ ਹੋਈ ਹੈ ਰਾਹੋ ਰੋਡ, ਅਤੇ ਉਸ ਤੋਂ ਪਹਿਲੇ ਇਸ ਵੱਲ ਇੰਨਾ ਖਿਆਲ ਕਿਉਂ ਨਹੀਂ ਦਿੱਤਾ ਗਿਆ? ਜਾਂ ਜੋ ਉਹਦੇ QR ਬੋਰਡ ਵਗੈਰਾ ਨੇ ਜੋ ਮਿਟ ਚੁੱਕੇ ਨੇ, ਜੋ ਝੀਲ ਅੰਦਰ ਗੰਦੀ ਪਈ ਹੈ, ਜੋ ਬੱਤਖਾਂ ਨੇ ਅੰਦਰ ਖਤਮ ਹੋ ਚੁੱਕੀਆਂ ਨੇ, ਉਹਨਾਂ ਬਾਰੇ ਵਿਭਾਗ ਦਾ ਕੀ ਕਹਿਣਾ ਅਤੇ ਅੱਗੋਂ ਕੀ ਕਰਨਾ ਚਾਹਣਗੇ, ਇਹਦੇ ਬਾਰੇ ਅਸੀਂ DFO ਸਾਹਿਬ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਔਰ ਮੈਂ ਹੁਣ ਇਸ ਟਾਈਮ ਕੋਸ਼ਿਸ਼ ਕਰਦਾ ਮੈਂ ਉਹਨਾਂ ਨਾਲ ਫੋਨ 'ਤੇ ਗੱਲ ਕਰਨ ਦੀ। ਹੈਲੋ। ਹੈਲੋ ਜੀ। ਹਾਂਜੀ DFO ਸਾਹਿਬ। ਹਾਂਜੀ ਬੋਲ ਰਿਹਾ। ਸਤਿ ਸ਼੍ਰੀ ਅਕਾਲ ਸਰ, ਪੱਤਰਕਾਰ ਜੱਸਾ ਸਿੰਘ ਗੱਲ ਕਰ ਰਿਹਾ ਸੀ ਜੀ, ਬਰੇਵ ਵਾਈਬ ਨਿਊਜ਼ ਚੈਨਲ ਤੋਂ। ਹਾਂਜੀ ਬੋਲੋ ਜੀ। ਹੋਰ ਸਰ ਠੀਕ ਹੋ ਜੀ? ਹਾਂਜੀ ਠੀਕ। ਅੱਛਾ ਸਰ, ਅੱਜ ਅਸੀਂ ਇੱਕ ਵਿਜ਼ਿਟ ਕੀਤੀ ਸੀਗੀ ਆਪਣਾ ਬਲੈਟੀਕਲ ਗਾਰਡਨ ਜਿਹੜਾ ਆਪਣਾ ਬਣਿਆ ਮੱਤੇਵਾੜਾ ਦੇ ਵਿੱਚ। ਅੱਛਾ ਜੀ। ਅਤੇ ਸਰ ਚਲੋ ਕਾਫੀ ਅੱਛਾ ਪ੍ਰੋਜੈਕਟ ਹੈ ਲੋਕਾਂ ਵਾਸਤੇ ਵੀ, ਉਹ ਚੀਜ਼ ਠੀਕ ਹੈ, ਪਰ ਇੱਕ ਚੀਜ਼ ਦੇਖਣ ਨੂੰ ਆਈ ਹੈ ਕਿ ਉੱਥੇ ਲੋਕਾਂ ਦੀ ਪਹੁੰਚ ਹੀ ਹੈ ਨਹੀਂ, ਜਿਵੇਂ ਕਿ ਸੜਕ ਰੋਡ ਰਸਤਾ ਉੱਥੋਂ ਤੱਕ ਦੀ ਪਹੁੰਚ ਦਾ ਬੜਾ ਬੁਰਾ ਹਾਲ ਹੈ, ਜਿਹੜੇ ਅੰਦਰ ਉਹਦੇ QR ਬੋਰਡ ਨੇ ਉਹ ਵੀ ਤੱਕ ਮਿਟ ਚੁੱਕੇ ਨੇ, ਝੀਲ ਦੇ ਵਿੱਚ ਵੀ ਕਾਫੀ ਗੰਦਗੀ ਦੇਖਣ ਨੂੰ ਮਿਲੀ ਹੈ, ਉਸ ਤੋਂ ਇਲਾਵਾ ਜਿਹੜੀਆਂ ਬੱਤਖਾਂ ਨੇ ਉਹ ਵੀ ਉੱਥੇ ਖਤਮ ਹੋ ਚੁੱਕੀਆਂ ਨੇ, ਅਤੇ ਇੱਦਾਂ ਮਤਲਬ ਇਹ ਕਿਉਂ ਹੋ ਰਿਹਾ ਸਰ? ਬਜਾਏ ਉਹਨੂੰ ਡਿਵੈਲਪ ਹੋਣ ਦੇ, ਹੋਰ ਜ਼ਿਆਦਾ ਵਧੀਆ ਹੋਣ ਦੇ, ਉਹ ਵਾਪਸੀ ਵੱਲ ਕਿਉਂ ਤੁਰ ਰਿਹਾ ਉਹ? ਹਾਂਜੀ ਸਰ। ਰੇਂਜ ਅਫਸਰ ਨਾਲ ਕੀਤੀ ਗੱਲ ਇਸ ਸੰਬੰਧ 'ਚ? ਸਰ ਇਸ ਸੰਬੰਧ 'ਚ ਕੀਤੀ, ਉਹ ਤੁਹਾਡੇ ਵੱਲ ਮੀਟਿੰਗ 'ਤੇ ਆਏ ਹੋਏ ਸੀਗੇ ਜ਼ਰੂਰੀ। ਹੁਣੇ ਗਏ ਆ। ਜੀ ਜੀ ਜੀ। ਸੋ ਐਕਚੁਅਲੀ ਤੁਹਾਡੇ ਕੋਲ ਸਾਨੂੰ ਲੱਗਿਆ ਕਿ ਜਵਾਬ ਵਧੀਆ ਮਿਲ ਸਕਦਾ। ਰੋਡ ਤੇ ਵੈਸੇ ਬਣ ਨਹੀਂ ਰਹੀ ਉੱਥੇ ਜੀ, ਰੋਡ ਦਾ ਤੇ ਪ੍ਰੋਜੈਕਟ ਪਾਸ ਹੋ ਹੀ ਗਿਆ ਜਿਹੜੀ ਲੁਧਿਆਣਾ ਰਾਮ ਰੋਡ ਆ ਜੀ, ਹੈ ਨਾ, ਉਹ ਜੇ ਰੋਡ ਕੰਪਲੀਟ ਆਈ ਥਿੰਕ ਜਲਦੀ ਹੋ ਜਾਣੀ ਹੈ ਜੀ, ਤਾਂ ਉਹਦੇ ਨਾਲ ਤੇ ਬੜੀ ਅੱਛੀ ਅਪਰੋਚ ਬਣ ਜਾਏਗੀ ਦੀ ਜੀ। ਬਾਕੀ ਡਿਵੈਲਪਮੈਂਟ ਦੇ ਲਈ ਆਪਾਂ ਲਿਖਿਆ ਉੱਪਰ ਹੋਰ ਫੰਡਸ ਦੇ ਲਈ ਜੀ, ਤਾਂ ਬੇਸਿਕਲੀ ਇਹ ਪ੍ਰੋਜੈਕਟ ਨਾ ਇਕੱਠਾ ਸੀਗਾ PIDB ਦੇ ਨਾਲ ਸੀਗਾ ਜੀ, ਉਹਦੇ 'ਚ ਹੋਰ ਵੀ ਇੱਥੇ ਬੰਨੇ ਸੀ, ਕੋਈ ਅਵੇਅਰਨੈਸ ਸੈਂਟਰ ਵਗੈਰਾ ਵੀ ਬੰਨੇ ਸੀਗੇ ਜੀ। ਪਰ ਸਰ ਇਹ ਅਗਰ ਇਹਦੀ ਗੱਲ ਕੀਤੀ ਜਾਵੇ ਤਾਂ ਮੇਰੇ ਖਿਆਲ ਨਾਲ 2-3 ਸਰਕਾਰਾਂ ਬਦਲ ਗਈਆਂ ਹੈ ਨਾ, ਤਾਂ ਕੀ ਸਰਕਾਰਾਂ ਵੱਲੋਂ ਵੀ ਕੋਈ ਅਣਦੇਖੀ ਹੋ ਰਹੀ ਹੈ ਇਸ ਚੀਜ਼ ਨੂੰ ਲੈ ਕੇ? ਨਹੀਂ, ਅਣਦੇਖੀ ਤਾਂ ਨਹੀਂ ਹੋ ਰਹੀ, ਤੁਸੀਂ ਲਿਆਂਦਾ ਧਿਆਨ 'ਚ ਆਪਾਂ ਕਰ ਦਾਂਗੇ ਇਹਨੂੰ, ਹੁਣ ਦੁਬਾਰਾ ਇਹਨੂੰ ਫਾਸਟ ਕਰ ਦਾਂਗੇ। ਕਿਉਂਕਿ ਸਰ ਦੇਖੋ ਇੱਕ ਲੁਧਿਆਣਾ ਦਾ ਬੜਾ ਮੇਨ ਏਰੀਆ ਹੈ, ਬਲਕਿ ਅਸੀਂ ਤੈਨੂੰ ਲਾਈਫ ਲਾਈਨ ਕਵਾਂਗੇ ਲੁਧਿਆਣੇ ਦੀ, ਹੈ ਨਾ, ਜਿੱਦਾਂ ਕਿ ਜੋ ਵੀ ਇੱਥੇ ਦੀ ਹਰਿਆਲੀ ਹੈਗੀ ਹੈ, ਹੈ ਨਾ, ਬਿਲਕੁਲ ਠੀਕ ਗੱਲ, ਔਰ ਬੜੀ ਵਧੀਆ। ਔਰ ਅੱਜ ਕੱਲ੍ਹ ਤਾਂ ਤੁਸੀਂ ਦੇਖੋ ਕਿ ਪੂਰਾ ਪੰਜਾਬ ਟੂਰਿਜ਼ਮ ਵਾਸਤੇ ਵੀ ਆਪਣਾ ਪ੍ਰਮੋਟ ਹੋ ਰਿਹਾ, ਥਾਣਾ ਡੈਮ ਜਿਵੇਂ ਹੋ ਗਿਆ, ਪਠਾਨਕੋਟ ਲਾਗੇ ਵੀ ਹੁਸ਼ਿਆਰਪੁਰ ਵਿੱਚ ਇੰਨੇ ਵਧੀਆ ਮਤਲਬ ਕੀਤੇ ਗਏ ਨੇ, ਤਾਂ ਆਪਾਂ ਇੱਕ ਲੁਧਿਆਣੇ ਦੇ ਵਿੱਚ, ਜਦਕਿ ਲੁਧਿਆਣੇ ਵਿੱਚ ਆਪਾਂ ਨੇ ਕੋਲ ਪੈਸੇ ਦੀ ਕਮੀ ਵੀ ਨਹੀਂ ਆ ਸਕਦੀ, ਅਗਰ ਆਪਾਂ ਜੇ ਸਿਰਫ ਇੰਡਸਟਰੀ ਨਾਲ ਗੱਲ ਕਰ ਲਈ ਜਾਵੇ ਤਾਂ ਇਸ ਨੂੰ ਹਰਾ ਭਰਾ ਬਣਾਉਣ ਦੇ ਵਿੱਚ ਬਹੁਤ ਕੁਝ ਸਪੋਂਸਰਸ਼ਿਪਾਂ ਮਿਲ ਜਾਂਦੀਆਂ ਸਰ, ਤਾਂ ਫਿਰ ਵੀ ਆਪਾਂ ਅਗਰ ਸਾਨੂੰ ਸਰਕਾਰ ਵੱਲ ਵੀ ਦੇਖਣਾ ਪਵੇ ਤਾਂ ਕਿਤੇ ਨਾ ਕਿਤੇ ਉਹ ਵੀ ਚੀਜ਼ਾਂ ਹੋ ਜਾਂਦੀਆਂ ਨੇ ਸਰ। ਆਪਾਂ ਕਦੀ ਪਹੁੰਚ ਕੀਤੀ ਹੈ ਇਹਨਾਂ ਤੱਕ ਵੀ? ਕਦੀ ਨਹੀਂ, ਪ੍ਰਾਈਵੇਟ ਬੰਦਿਆਂ ਤੱਕ ਨਹੀਂ ਪਹੁੰਚ ਕੀਤੀ, ਕਦੀ ਪਹੁੰਚ ਨਹੀਂ ਕੀਤੀ, ਨਹੀਂ ਕੀਤੀ, ਪਰ ਕਰ ਕੀਤੀ ਨਹੀਂ, ਤੇ ਸਰਕਾਰ ਵੱਲੋਂ ਕੋਈ ਰਿਸਪੌਂਸ ਨਹੀਂ ਮਿਲਦਾ? ਨਹੀਂ, ਲਿਖਿਆ ਹੋਇਆ ਜੀ ਮਿਲੇਗਾ ਰਿਸਪੌਂਸ, ਮੌਜੂਦਾ ਸਰਕਾਰ ਤੇ ਕਾਫੀ ਆਪਣਾ ਕੰਮ ਕਰਨ ਵਾਲੀ ਹੈਗੀ ਆ। ਤੇ ਸਰ ਇੱਕ ਇੱਕ ਹੋਰ ਚੀਜ਼ ਦੇਖਣ ਨੂੰ ਆਉਂਦੀ ਹੈ ਕਿ ਸਰ ਬਹੁਤ ਵਧੀਆ ਜਗ੍ਹਾ, ਜਿਹੜੀ ਬਹੁਤ ਵਧੀਆ ਪਲੇਸ ਤੁਸੀਂ ਬਣਾਇਆ, ਐਪਰੀਸ਼ੀਏਟ ਵੀ ਕਰਦੇ ਹਾਂ ਅਸੀਂ ਇਹਨੂੰ, ਬਟ ਇਹ ਹੈਗਾ ਕਿ ਬਹੁਤੇ ਲੋਕਾਂ ਨੂੰ ਪਤਾ ਨਹੀਂ, ਤੇ ਇਹਦੀ ਪ੍ਰਮੋਸ਼ਨ ਦੀ ਵੀ ਕੁਝ ਕਮੀ ਰਹਿ ਗਈ ਆਪਣੇ ਕੋਲ ਕਿਤੇ ਨਾ ਕਿਤੇ? ਨਹੀਂ, ਪ੍ਰਮੋਸ਼ਨ ਕਰਦੇ ਰਹਿੰਦੇ ਹਾਂ, ਪਰ ਚਲੋ
ਹੋਰ ਆਪਾਂ ਵਸੀਲਾ ਵਧਾਉਂਦੇ ਇਹਨੂੰ, ਲੱਭਣੇ ਹੋਰ ਹੱਲ ਕੋਈ ਕਰਦੇ ਹਾਂ, ਪ੍ਰਮੋਸ਼ਨ ਹੋਰ ਕਰਦੇ ਹਾਂ, ਵੱਡੇ ਪੱਧਰ 'ਤੇ ਕਰਦੇ ਹਾਂ। ਚਲੋ ਠੀਕ ਹੈ ਸਰ, ਧੰਨਵਾਦ ਜੀ ਬ੍ਰੇਵ ਵਾਈਬ ਨਾਲ ਗੱਲ ਕਰਨ ਵਾਸਤੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸਨ ਰਾਜੇਸ਼ ਗੁਲਾਟੀ ਜੀ, ਜਿਹੜੇ ਡਿਸਟ੍ਰਿਕਟ ਫੋਰੈਸਟ ਅਫਸਰ ਲੁਧਿਆਣਾ, ਉਹਨਾਂ ਨਾਲ ਗੱਲ ਹੋਈ ਹੈ। ਉਹ ਕਹਿੰਦੇ ਵੀ ਜਿਹੜਾ ਵੀ ਇਹ ਤੁਹਾਡੇ ਸਾਹਮਣੇ ਤੁਸੀਂ ਸੁਣ ਹੀ ਲਿਆ ਕਿ ਉਹਨਾਂ ਨੇ ਕਿਹਾ ਵੀ ਇੱਥੇ ਕੋਈ ਇੱਦਾਂ ਦੀ ਕਮੀ ਨਹੀਂ ਹੈਗੀ, ਪਰ ਪ੍ਰੋਜੈਕਟ ਸਾਰੇ ਜਿਹੜੇ ਨੇ ਉਹ ਅਧੀਨ ਨੇ, ਹਲੇ ਵਿਚਾਰ ਅਧੀਨ ਨੇ ਅਤੇ ਉਹ ਚੱਲ ਰਹੇ ਨੇ, ਔਰ ਬਹੁਤ ਜਲਦੀ ਕੁਝ ਨਾ ਕੁਝ ਇਹਦੇ ਵਾਸਤੇ ਉਹ ਕੀਤਾ ਜਾਏਗਾ। ਹਾਲਾਂਕਿ ਸਾਡੇ ਕਈ ਸਵਾਲਾਂ ਦੇ ਜਵਾਬ ਸੰਤੋਸ਼ਜਨਕ ਨਹੀਂ ਦੇ ਪਾਏ, ਔਰ ਇਹ ਜ਼ਰੂਰ ਉਹਨਾਂ ਨੇ ਕਿਹਾ ਕਿ ਹਾਂਜੀ ਅਸੀਂ ਦੇਖਾਂਗੇ ਇਸ ਡਿਵੈਲਪਮੈਂਟ ਨੂੰ, ਜਿੱਥੇ ਰੁਕੀ ਹੋਈ ਹੈ ਜੋ ਵੀ ਹੈ ਉਸ ਚੀਜ਼ ਨੂੰ ਕਰਾਂਗੇ। ਬਾਕੀ ਦੇਖਦੇ ਹਾਂ ਕਿ ਕਿੰਨਾ ਕੁ ਇਸ ਖਬਰ ਦਾ ਅਸਰ ਹੁੰਦਾ ਹੈ। ਕੁਛ ਪਰਿਆਵਰਨ ਪ੍ਰੇਮੀਆਂ ਨੂੰ ਵੀ, ਵਾਤਾਵਰਨ ਪ੍ਰੇਮੀਆਂ ਨੂੰ ਵੀ ਪੁੱਛਾਂਗੇ ਅਸੀਂ ਵੀ ਇੱਥੇ ਹੋਰ ਕੀ ਕੀਤਾ ਜਾਂਦਾ ਹੈ, ਕਿਉਂਕਿ ਸਾਡਾ ਮਕਸਦ ਕਿਸੇ ਸਰਕਾਰ ਜਾਂ ਕਿਸੇ ਵਿਭਾਗ ਤੋਂ ਉਂਗਲ ਚੱਕਣਾ ਨਹੀਂ ਹੈ, ਬਲਕਿ ਆਪਣੇ ਸ਼ਹਿਰ ਨੂੰ, ਆਪਣੇ ਸ਼ਹਿਰ ਲੁਧਿਆਣੇ ਨੂੰ ਇੱਕ ਸਾਫ਼ ਸੁਥਰਾ ਵਾਤਾਵਰਣ ਦੇਣਾ ਹੈ, ਜਿਹਦੇ ਵਾਸਤੇ ਜਿੰਨੀ ਕੋਸ਼ਿਸ਼ ਹੋਏਗੀ ਬ੍ਰੇਵ ਵਾਈ ਵੱਲੋਂ ਉਨੀ ਕੀਤੀ ਜਾਏਗੀ। ਕੈਮਰਾਮੈਨ ਇਕਬਾਲ ਸੁੱਖੀ ਦੇ ਨਾਲ ਮੈਂ ਜੱਸਾ ਸਿੰਘ।